ਇੱਕ ਸਕਾਰਪੀਓ ਕਾਰ ਨੇ 4 ਸਾਲ ਦੇ ਮਾਸੂਮ ਬੱਚੇ ਨੂੰ ਕੁਚਲ ਕੇ ਰੱਖ ਦਿੱਤਾ। ਦਰਸਲ ਜਾਣਕਾਰੀ ਅਨੁਸਾਰ ਇੱਕ ਪਿਤਾ ਦੇ ਵੱਲੋਂ ਆਪਣੇ ਨਾਬਾਲਿਗ ਪੁੱਤ ਨੂੰ ਗਲੀ ਦੇ ਵਿੱਚ ਹੀ ਇਹ ਸਕਾਰਪੀਓ ਗੱਡੀ ਸਿਖਾਈ ਜਾ ਰਹੀ ਸੀ ਤੇ 4 ਸਾਲ ਦਾ ਮਾਸੂਮ ਬੱਚਾ ਆਪਣੀ ਮਾਂ ਦੇ ਨਾਲ ਸ਼ਾਮ ਨੂੰ ਜਦੋਂ ਮੰਦਿਰ ਜਾ ਰਿਹਾ ਸੀ ਤਾਂ ਅਚਾਨਕ ਹੀ ਪਿੱਛੋਂ ਦੀ ਕਾਰ ਆਉਂਦੀ ਹੈ ਤੇ 4 ਸਾਲ ਦੇ ਬੱਚੇ ਨੂੰ ਦਰੜ ਕੇ ਲੰਘ ਜਾਂਦੀ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਤਾਂ ਮਾਂ ਵੀ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਗਲੀ ਦੇ ਵਿੱਚ ਹੀ ਇੱਕ ਪਿਓ ਦੇ ਵੱਲੋਂ ਆਪਣੇ ਪੁੱਤ ਨੂੰ ਨਾਬਾਲਿਗ ਪੁੱਤ ਨੂੰ ਗੱਡੀ ਸਿਖਾਈ ਜਾ ਰਹੀ ਸੀ ਪਰ ਗੱਡੀ ਜੋ ਹੈ ਅਚਾਨਕ ਹੀ ਆਪਣਾ ਸੰਤੁਲਨ ਖੋ ਬੈਂਦੀ ਹੈ ਅਤੇ ਸਿੱਧਾ 4 ਸਾਲ ਦੇ ਮਾਸੂਮ ਬੱਚੇ ਨੂੰ ਦਰੜਦੀ ਹੋਈ ਅੱਗੇ ਲੰਘ ਜਾਂਦੀ ਹੈ, ਜਿਸ ਤੋਂ ਬਾਅਦ ਜੋ ਬੱਚਾ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਉਸਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਆਪਣੇ ਆਪ 'ਚ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖਰ ਇੱਕ ਪਿਓ ਦੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਸੀ, ਕਿਉਂਕਿ ਗਲੀ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਚੌੜਾਈ ਘੱਟ ਹੁੰਦੀ ਹੈ, ਜੋ ਸਕਾਰਪੀਓ ਗੱਡੀ ਹੈ ਥੋੜ੍ਹੀ ਵੱਡੀ ਵੀ ਹੈ ਤਾਂ ਕਿਉਂਕਿ ਗਲੀਆਂ ਦੇ ਵਿੱਚੋਂ ਲੋਕ ਅਕਸਰ ਲੰਘਦੇ ਰਹਿੰਦੇ ਨੇ। ਪਰ ਇੱਥੇ ਕਿਹਾ ਜਾ ਸਕਦਾ ਕਿ ਇੱਕ ਪਿਤਾ ਦੀ ਲਾਪਰਵਾਹੀ ਸਾਹਮਣੇ ਆਈ ਹੈ ਜੋ ਕਿ ਆਪਣੇ ਹੀ ਨਾਬਾਲਗ ਬੱਚੇ ਨੂੰ ਇੰਨੀ ਵੱਡੀ ਗੱਡੀ ਸਿਖਾ ਰਿਹਾ ਸੀ, ਉਹ ਵੀ ਨਾਬਾਲਗ ਬੱਚੇ ਨੂੰ। ਇਹ ਤਾਂ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਜ਼ਰੂਰ ਖੜ੍ਹਾ ਹੁੰਦਾ ਹੈ। ਤਾਂ ਦੱਸ ਦਈਏ ਕਿ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 4 ਸਾਲ ਦੇ ਮਾਸੂਮ ਬੱਚੇ ਨੂੰ ਸਕਾਰਪੀਓ ਗੱਡੀ ਨੇ ਕੁਚਲ ਕੇ ਰੱਖ ਦਿੱਤਾ। ਇੱਕ ਨਾਬਾਲਿਗ ਬੱਚਾ ਗੱਡੀ ਸਿੱਖ ਰਿਹਾ ਸੀ, ਉਸਦੇ ਕੋਲੋਂ ਗੱਡੀ ਬੇਕਾਬੂ ਹੋ ਜਾਂਦੀ ਹੈ ਅਤੇ 4 ਸਾਲ ਦੇ ਬੱਚੇ ਨੂੰ ਕੁਚਲ ਕੇ ਰੱਖ ਦਿੰਦੀ ਹੈ। ਹਾਂਜੀ, ਇਹ ਭਾਅ ਜੀ ਸਾਡੇ ਘਰ ਕਿਰਾਏ ਦਾ ਰਹਿੰਦੇ ਰੈਂਟ 'ਤੇ ਅਤੇ ਉਹਨਾਂ ਦੇ 2 ਬੇਟੇ 1 ਬੇਟੀ ਆ ਅਤੇ ਮੰਦਰੇ ਚੱਲੀ ਸੀ। ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਸੀ ਆਪਣੇ, ਅਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ। ਇਹਨਾਂ ਦੇ ਬੇਟੇ ਛੋਟੇ ਸੀ, 4 ਕੁ ਸਾਲ ਦਾ। ਸਾਨੂੰ ਤਾਂ ਲੱਗਾ ਹੈ, ਪਤਾ ਨਹੀਂ ਲੱਗਾ ਇਸ ਚੀਜ਼ ਉੱਤੇ ਬੈਠੇ ਹਨ ਅਤੇ ਬਾਅਦ 'ਚ ਪਤਾ ਲੱਗਾ ਉਦੋਂ ਲੈ ਗਏ ਸੀਗੇ ਬੱਚੇ। ਬੜੀ ਉਹਨਾਂ ਨੇ ਕੀਤੀ ਉੱਦਾਂ ਹਵਾਸਤ ਮੁੰਡਿਆਂ ਨੇ, ਲੈ ਗਏ ਸੀ ਉਸੇ ਦਿਨ। ਉਹ ਮੰਦਰ ਜਾਣ ਡੇ ਸੀ ਰੋਜ਼, ਉਹੀ ਜਿਹਨਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ, ਅਤੇ ਅਸੀਂ ਤੋਂ ਕੰਮਾਂ 'ਤੇ ਕਾਰ 'ਤੇ ਹੁੰਦੇ ਹਾਂ। ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਆਉਂਦੇ ਹਾਂ। ਇਹਨਾਂ ਦੇ ਪਿਓ ਵੀ ਕੰਮ 'ਤੇ ਗਏ ਸੀ, ਕੋਈ ਨਹੀਂ ਸੀ ਇੱਥੇ, ਅਤੇ ਕਹਿੰਦੇ ਮੰਦਰ ਜਾਣ ਡਿਆ ਸੀ ਅਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ, ਜੋ ਦੱਸਦੇ ਪਏ ਉਹ ਗੱਲ ਦੱਸਦਾ ਪਿਆ। ਮੰਦਰ ਜਾਣ ਡੇ ਸੀ ਅਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ, ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ, ਕਹਿੰਦਾ ਬੱਚੇ ਨੂੰ ਜਾਂਚ ਸਿਖਾਉਣ ਡੇ। ਆਹ ਸੜਕ ਜਾਂਚ ਸਿਖਾਉਣ ਵਾਲੀ ਆ, ਇਹ ਮੈਨੂੰ ਦੱਸੋ ਪਹਿਲੇ ਗੱਡੀ ਜਿਹੜੀ ਲੈ ਗਈ ਆ, ਹੁਣ ਪੁਲਿਸ ਲੈ ਗਈ ਆ ਸਕਾਰਪੀਓ ਜੀ। ਇਹ ਨਾ ਅਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ 'ਤੇ ਰਹਿੰਦਾ, ਉਹਦੀ ਵਾਈਫ ਸੀਗੀ ਅਤੇ ਆਪਣੇ ਬੇਟੇ ਨੂੰ ਲੈ ਕੇ, 4 ਸਾਲ ਦਾ ਉਹਦਾ ਬੇਟਾ ਵਾ, ਉਹ ਮੰਦਰ ਚੱਲੇ ਸੀਗੇ। ਪਿੱਛੋਂ ਸਕਾਰਪੀਓ ਗੱਡੀ ਆਈ, ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ। ਉਹਦਾ ਬੇਟਾ ਸੀਰੀਅਸ ਸੀਗਾ, ਜਿਹਨੂੰ ਅੰਮ੍ਰਿਤਸਰ ਲੈ ਕੇ ਗਏ, ਜਿਹਦੀ ਡੈਥ ਹੋ ਗਈ ਹੈ, ਅਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਅਤੇ ਸੋਨੀਆ ਅਤੇ ਉਹਦੇ ਵੀ ਸੱਟਾਂ ਲੱਗੀਆਂ ਨੇ। ਅਸੀਂ ਬਿਆਨ ਲਿਖ ਕੇ ਪੱਕਾ ਦੇ ਰਹੇ ਹਾਂ, ਅਗਲੀ ਕਾਰਵਾਈ ਕਰੀ। ਦੇਖੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਕਰਨ 'ਤੇ ਪਤਾ ਲੱਗੂਗਾ ਵੀ ਓਵਰ ਸਪੀਡ ਸੀਗਾ ਕਿੱਦਾਂ। ਗੱਡੀ ਦਾ ਪਤਾ ਲੱਗਾ ਟਾਇਰ ਨਹੀਂ ਪੜ ਗਿਆ? ਨਹੀਂ, ਗੱਡੀ ਅਸੀਂ ਕਬਜ਼ੇ 'ਤੇ ਲੈ ਲਈ ਹੈ, ਗੱਡੀ ਮਿਲ ਗਈ ਹੈ ਸਾਨੂੰ ਅਤੇ
ਕਬਜ਼ੇ ਲੈ ਲਈ ਗਾਂ ਇਨਵੈਸਟੀਗੇਸ਼ਨ ਕਰਾਂਗੇ।